ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜੇਰੇ ਇਲਾਜ ਰਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਬੀਤੇ ਦਿਨ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿੱਚ ਤਰੀਕ ਲਈ ਗਿਆ ਸੀ। ਜਦੋਂ ਕੰਪਲੈਕਸ ਤੋਂ ਬਾਹਰ ਆਇਆ ਤਾਂ ਅਚਾਨਕ ਪ੍ਰਤਪਾਲ ਸਿੰਘ ਸੰਧੂ, ਅਮਰਵੀਰ ਸਿੰਘ ਸੰਧੂ, ਮੌਜੂਦ ਕੌਂਸਲਰ ਰਸ਼ਪਾਲ ਸਿੰਘ ਅਤੇ 4-5 ਜਣ ਪਛਾਤਿਆਂ ਨੇ ਮੇਰੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਹ ਮੌਕੇ ਤੇ ਫਰਾਰ ਹੋ ਗਏ। ਰਕੇਸ਼ ਨੇ ਦੱਸਿਆ ਕਿ ਉਹ ਪ੍ਰਤਪਾਲ ਸਿੰਘ ਸੰਧੂ ਨਾਲ ਪ੍ਰਾਪਰਟੀ ਦਾ ਕੰਮ ਕਰਦੇ ਸਨ। ਰਕੇਸ਼ ਨੇ ਕਿਹਾ ਕਿ ਕੁਝ ਪਲਾਟ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਕੋਲੋਂ ਦਵਾਏ ਸਨ ਤੇ ਜਿਨ੍ਹਾਂ ਦੀ ਰਜਿਸਟਰੀ ਲਈ ਇਹਨਾਂ ਨੂੰ ਵਾਰ ਵਾਰ ਕਿਹਾ ਗਿਆ, ਪਰੰਤੂ ਪ੍ਰਤਪਾਲ ਸਿੰਘ ਵੱਲੋਂ ਟਾਲਮਟੋਲ ਕੀਤਾ ਜਾਂਦਾ ਸੀ। ਫਿਰ ਉਹਨਾਂ ਨੇ ਮੇਰੇ ਨਾਲ ਵੀ ਸਾਜਿਸ ਰਚਦਿਆਂ ਮੇਰਾ ਚੈੱਕ ਚੋਰੀ ਕਰਕੇ ਮੇਰੇ ਤੇ 35 ਲੱਖ ਦਾ ਝੂਠਾ ਚੈੱਕ ਬਾਉਂਸ ਦਾ ਕੇਸ ਕੀਤਾ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ। ਜਦੋਂ ਇਸ ਸੰਬੰਧੀ ਪ੍ਰਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਆਰੋਪ ਝੂਠੇ ਅਤੇ ਬੇਬੁਨਿਆਦ ਦੱਸੇ। ਇਸ ਸੰਬੰਧੀ SHO ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਹਨ, ਜੋ ਵੀ ਦੋਸ਼ੀ ਪਾਇਆ ਗਿਆ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਹੈ ਜੀ ਰਾਕੇਸ਼ ਕੁਮਾਰ, ਸਨ ਆਫ ਸ਼੍ਰੀ ਨਰਿੰਦਰ ਕੁਮਾਰ, ਪਿੰਡ ਮਾਲ, ਰਾਮ ਤੀਰਥ ਰੋਡ। ਬਿਜ਼ਨਸ ਕਰਦਾ ਹਾਂ ਪ੍ਰਿਤਪਾਲ ਸਿੰਘ ਦੇ ਨਾਲ, ਪ੍ਰਿਤਪਾਲ ਸਿੰਘ ਸੰਧੂ ਨਾਮ ਹੈ ਉਹਦਾ। ਉਹਨਾਂ ਨਾਲ ਮੇਰਾ ਬਿਜ਼ਨਸ ਸੀ, ਆਪਾਂ ਕਰਦੇ ਸੀ ਅਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਪੈਸੇ ਲਵਾਏ ਸੀ ਪਲੋਟਾਂ ਵਿੱਚ। ਦੋ ਪਲੋਟਾਂ 'ਚ ਪੈਸੇ ਵਸੂਲ ਪਾਏ ਨੇ, ਅੰਗੂਠਾ ਲਗਾ ਕੇ ਨਾਲ ਸਾਈਨ ਵੀ ਕੀਤੇ ਨੇ ਸਾਰੇ ਦੇ ਸਾਰੇ, ਕਿ ਬਾਅਦ 'ਚ ਵੀ ਪਾਰਟ ਪੇਮੈਂਟਾਂ ਲਈਆਂ। ਜਦੋਂ ਅਸੀਂ ਉਹਨੂੰ ਰਜਿਸਟਰੀ ਦਾ ਕਿਹਾ ਰਜਿਸਟਰੀ ਕਰਵਾਉਣਗੇ ਤਾਂ ਨਾ ਨੁੱਕਰ ਕਰਦਾ ਰਿਹਾ, ਉਹਨੇ ਰਜਿਸਟਰੀਆਂ ਨਹੀਂ ਕੀਤੀ। ਤਕਰੀਬਨ 8-9 ਲੱਖ ਰੁਪਇਆ ਜੀ ਜਿਹੜਾ ਉਹਨੇ ਵਸੂਲ ਪਾਇਆ ਆ ਸਾਰਾ। ਦੂਸਰਾ, ਤੁਹਾਡੇ 'ਤੇ ਜਾਨਲੇਵਾ ਹਮਲਾ ਕਰਾਂਗੇ, ਤੁਹਾਨੂੰ ਜਾਨੋਂ ਮਾਰਾਂਗੇ। ਬਾਅਦ ਵਿੱਚ ਕਚਹਿਰੀ ਮੇਰੀ ਤਰੀਕ ਸੀ ਜਿਸ ਸਿਲਸਿਲੇ 'ਚ ਮੈਂ ਉੱਥੇ ਗਿਆ ਸੀ, ਤਾਂ ਮੈਂ ਉੱਥੇ ਇਕੱਲਾ ਸੀ। ਜਦੋਂ ਮੈਂ ਤਰੀਕ ਤੋਂ ਬਾਹਰ ਆਇਆ ਅਤੇ ਬਾਹਰ ਕਚਹਿਰੀ ਦੇ ਬਾਹਰ ਇਹ ਪ੍ਰਿਤਪਾਲ ਸਿੰਘ ਸੰਧੂ, ਅਮਰਵੀਰ ਸਿੰਘ ਸੰਧੂ, ਰਸ਼ਪਾਲ ਸਿੰਘ, ਸਾਹਿਬ ਸਿੰਘ ਅਤੇ 4-5 ਹੋਰ ਲੜਕੇ ਇਹਨਾਂ ਨੇ ਬਦਮਾਸ਼ ਟਾਈਪ ਸੱਦੇ ਹੋਏ ਸੀ। ਜਦੋਂ ਮੈਂ ਜਾਂਦਿਆਂ ਹੀ ਮੈਂ ਬਾਹਰ ਨਿਕਲਿਆ, ਮੈਨੂੰ ਪਤਾ ਨਹੀਂ ਚੱਲਿਆ ਅਤੇ ਮੈਨੂੰ ਇਹਨਾਂ ਨੇ ਜਾਂਦੇ ਹੀ ਬਾਹਰ ਫੜ ਲਿਆ, ਆਪਣੀ ਕਿਰਚ ਕੱਢ ਕੇ ਮੇਰੇ 'ਤੇ ਹਮਲਾ 3 ਵਾਰ ਕੀਤੇ ਲਗਾਤਾਰ, ਜਿਹਨੂੰ ਮੈਂ ਆਪਣੇ ਹੱਥ ਨਾਲ ਬਚਾ ਕਰਕੇ ਰੋਕਿਆ। ਮੈਂ ਤੁਹਾਡੇ ਦਰਖਾਸਤ ਕਰਦਾ ਕਿ ਸਾਡੀ ਜਾਨ ਨੂੰ ਹਾਲੇ ਵੀ ਖਤਰਾ, ਮੇਰੇ ਅਤੇ ਮੇਰੇ ਪਰਿਵਾਰ ਨੂੰ ਪੂਰੇ। ਸਾਰਿਆਂ ਨੇ ਇੱਕ ਮੇਰੇ 'ਤੇ ਇੱਕ ਕੇਸ ਲਗਾਇਆ ਹੋਇਆ ਮੇਰਾ ਚੈੱਕ ਚੋਰੀ ਕਰਕੇ, ਜਿਹੜੇ ਕਰਕੇ ਹੈਗਾ ਮੇਰਾ ਚੈੱਕ ਜਦੋਂ ਮੈਂ ਦਰਖਾਸਤ ਦਿੱਤੀ ਸੀ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾ ਕੇ। ਉਸ ਤੋਂ ਬਾਅਦ ਉਸ ਤਰੀਕ ਤੋਂ ਬਾਅਦ ਇਹਨਾਂ ਨੇ ਮੇਰਾ ਚੈੱਕ ਚੋਰੀ ਕਰਕੇ, ਜੋ ਕਿ ਮੈਨੂੰ ਪਤਾ ਨਹੀਂ, 35 ਲੱਖ ਰੁਪਏ ਦਾ ਚੈੱਕ ਮੇਰੇ ਖਿਲਾਫ ਲਗਾਇਆ, ਜੋ ਕਿ ਇੱਕ ਸਰਾਸਰ ਝੂਠਾ ਹੈ, ਜਿਹਦੇ ਵਿੱਚ ਮੇਰਾ ਕੋਈ ਇਹਨਾਂ ਨਾਲ ਲੈਣ ਦੇਣ ਨਹੀਂ ਸੀ, ਉਲਟਾ ਅਸੀਂ ਇਹਨਾਂ ਕੋਲ ਪੈਸੇ ਲੈਣੇ ਸੀ, ਜਿਸ ਦੇ ਬਦਲੇ ਉਹਨਾਂ ਨੇ ਇਹ ਵਾਲਾ 35 ਲੱਖ ਦਾ ਕੇਸ ਮੇਰੇ 'ਤੇ ਕੀਤਾ ਹੋਇਆ। ਇਹ ਸਬੂਤ ਵੀ ਇਹਨਾਂ ਕੋਲ ਨਹੀਂ ਹੈ, ਤੋਂ ਇਨਸਾਫ ਦਿੱਤਾ ਜਾਵੇ। ਇਹ ਵੇਖੋ ਜੀ, ਇਹ ਦੋਵੇਂ ਪਾਰਟੀਆਂ ਪ੍ਰਿਤਪਾਲ ਸਿੰਘ ਅਤੇ ਰਕੇਸ਼ ਕੁਮਾਰ, ਇਹਨਾਂ ਦਾ ਆਪਸੀ ਪੈਸਿਆਂ ਦਾ ਲੈਣ ਦੇਣ ਸੀ, ਉਹਦੇ ਸੰਬੰਧ ਵਿੱਚ ਇਹਨਾਂ ਦੀ ਕੋਰਟ 'ਚ ਤਰੀਕ ਸੀਗੀ, ਦੋਵੇਂ ਪਾਰਟੀਆਂ ਆਈਆਂ ਹੋਈਆਂ ਸੀਗੀਆਂ। ਉੱਥੇ ਇਹਨਾਂ ਦਾ ਕੋਈ ਮਾਮੂਲੀ ਝਗੜਾ ਆ, ਉਹਦੇ ਸੰਬੰਧ 'ਚ ਇਹਨਾਂ ਨੇ ਚੌਂਕੀ ਆ ਕੇ ਸਾਨੂੰ ਦਰਖਾਸਤ ਦਿੱਤੀ ਆ। ਬਾਅਦ ਵਿੱਚ ਇਹਨਾਂ ਦੇ ਮੂਲਭਰ ਬੰਦੇ ਪੈ ਗਏ ਆ, ਟਾਈਮ ਲੈ ਗਏ, ਜਦੋਂ ਜਾ ਕੇ ਬਾਹਰ ਗੱਡੀਆਂ 'ਚ ਬਹਿਣ ਲੱਗੇ ਆ, ਉੱਥੇ ਫਿਰ ਇਹਨਾਂ ਦੀ ਲੜਾਈ ਹੋਈ ਆ। ਫਿਰ ਜਿਹੜੀ ਆ ਪ੍ਰਿਤਪਾਲ ਪਾਰਟੀ ਜਿਹੜੀ ਆ, ਉਹਨੂੰ ਸੱਟਾਂ ਲੱਗੀਆਂ ਸੀਗੀਆਂ, ਅਤੇ ਉਹਦਾ ਜਿਹੜਾ ਭਰਾ ਵਾ ਅਮਰਵੀਰ ਸਿੰਘ, ਉਹਦੇ ਬਿਆਨਾਂ 'ਤੇ ਮੁਕੱਦਮਾ ਦਰਜ ਹੋਇਆ ਹੈ। ਮੁਕੱਦਮਾ ਨੰਬਰ 332 ਅੰਡਰ ਸੈਸ਼ਨ 379 ਅਤੇ 341 ਅਤੇ 35-58। ਹਾਂ, ਰਕੇਸ਼ ਕੁਮਾਰ ਨੂੰ ਸੱਟਾਂ ਲੱਗੀਆਂ ਨੇ, ਉਹਦਾ ਵੀ ਬਿਆਨ ਲੈਣ ਦਾ ਵਾ ਅਸੀਂ, ਪਰ ਉਹ ਅਜੇ ਕੋਈ ਤਫਤੀਸ਼ ਚੱਲ ਰਹੀ ਹੈ ਇਹਦੇ ਸੰਬੰਧ ਵਿੱਚ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ, ਜਗਤ ਸੇਵਕ ਵੈਬ TV।